तेनु सांब हाय रखू क्या पहली ओ एमी बिना गलों जट्टा नू ना आख दे बैली ओ एमी बिना गलों जट्टा नू ना आख दे बैली। हेलो व्हाट्सअप गाइस, मेरा नाम है काज, मेरे साथ है लखा और जशन। आज हम हिंदी में आपको भूतवारियां स्टोरियां सुनाने चाहेंगे, तो हम शेयर करते हैं। चलो लग गया जा, अब आप अपनी स्टोरी शेयर करना। पहला मदन जी तो आज हम शुरू करने वाले हैं। तो आज तक दसांगे सारेयां दी कहानियां जो इन्हां नाल होईयां हैं, हड बीतियां। हां, सब तो पहला कौन सा होगा? कहंदे सभी पर पेंडी इदां दा ही आ है ना, उम्मीदां भी बहुत ज्यादा होईयां हैं, पर आज दसूंगे। आज दस क्लास आ गए, पहले सब तो पहला दसूंगे। हां जी मतलब नहीं दसो, तुहाडे नाल कितनी कोई ताली कहानी आई है कोई ले डर लगा होवे तां छोड़े हुंदे नूं घटदा कोई बीती हुई दे ना। रात ना कोई बंदा बैठा सीगा, मैनू कहंदा ਘੁੰਮਣ ਜਾਣੇ ਗੇ, ਉਹਨੇ ਮੈਨੂੰ ਆਵਾਜ਼ ਮਾਰੀ ਕਹਿੰਦਾ ਇੱਧਰ ਆ। ਨਹੀਂ ਨਹੀਂ ਅਸੀਂ ਦੋ ਤਿੰਨ ਜਣੇ ਜਾਣੇ ਹੈਗੇ ਤੇ ਉਹਨੇ ਸਾਨੂੰ ਆਵਾਜ਼ ਮਾਰੀ ਤੇ ਅਸੀਂ ਜਦੋਂ ਉਹਦੀ ਗੱਲ ਸੁਣ ਗਏ ਤੇ ਉੱਥੇ ਗੈਪ ਹੋ ਗਿਆ। ਉਹ ਗੈਪ ਹੋ ਗਿਆ ਜਦੋਂ ਅਸੀਂ ਫੇ ਆਏ। दुपहरे जा रात मैं सौ जाना, मैं सुते मैं पता नहीं की होना, मैं इदा लग रहा हूं कि जिदा ही मैं तब भी रहना तो मेरा गला कहीं फट गया, गला भी फट गया, बहं भी फट गया, लत्त भी फट गई। मैं हिलने की कोशिश करनी हुई तो है नहीं, मैं आवाज मारने की कोशिश करनी हुई आवाज नहीं। सही गल है, ये मैंने एक बार ही मैंने कई बार हो जो उठने की कोशिश करनी मैंने इधर रखना फटिया कि नहीं ही दो मिनट बाद मैं याद आ जाए सोचना यार फटिया ही मैं जो सोचना होता मैं कौन फट लिया है दो मिनट बाद अपने आप ही होना काफी टाइम हो गया होया नहीं मैं इदा कहीं
ਹਫਤਾ ਨਗਰੀ ਦਾ ਹੋਇਆ ਹੋਵੇ ਉਹਨਾਂ ਬੱਬੂ ਫੜਦਾ ਹੋਵੇ ਨਹੀਂ ਨਹੀਂ ਜਦੋਂ ਵਾਕਈ ਨੂੰ ਉੱਠਣਾ ਹੋਣਾ ਕੋਈ ਵੀ ਨਹੀਂ ਪਰ ਇੱਦਾਂ ਲੱਗਦਾ ਹੁੰਦਾ ਵੀ ਪਤਾ ਕੀ ਜੇ ਵੜਦਾ ਮੈਨੂੰ ਇੱਦਾਂ ਲੱਗਦਾ ਹੁੰਦਾ ਜਿੱਦਾਂ ਹੁਣ ਅੱਧੀ ਨਾਲ ਸੁੱਤਾ ਅੰਗਰੇਜ਼ ਦਾ ਬੈਠਦੀ ਮੈਨੂੰ ਲੱਗਦਾ ਹੁੰਦਾ ਜਿੱਦਾਂ ਮੈਂ ਸੁਗਰੇ ਵਿੱਚ ਹੁੰਦਾ ਮੈਂ ਇੱਦਾਂ ਕੋਸ਼ਿਸ਼ ਕਰਦੀ ਵੀ ਮੈਨੂੰ ਬਾਜ ਮਾਰ ਲਓ ਮੈਨੂੰ ਠਾਲ ਦੇਵਾਂ ਮੈਨੂੰ ਕਿਹਜੇ ਫੜਿਆ ਮੈਨੂੰ ਛਿੜਾ ਪਰ ਨਾ ਮੇਰੀ ਬਾਜ ਨਹੀਂ ਨਾ ਮੈਨੂੰ ਘੁੰਮ ਲਓ ਇਹਦੇ ਦਾ ਬਾਕੀ ਸਿੱਧੀਆਂ ਸੱਚੀਆਂ ਗੱਲਾਂ ਹੈ मैं ते राहुल ते चंद है असि जिदा मतलब सैर कर मेरी लत बहुत औखदी है इन्होंने मैं बहुत आवाजा मारिया कहते कि है ना उठ जा कोई गल नहीं तू सैर कर ली मैं तो असि दौड़ ला लूंगी असि जी दौड़ लाने दौड़ लाने मैं तो रहा मैं ना पिछु आवाजा आज आवे है ना जो कि बुरी मतलब पिछे तुर गल मैं डरता लगन दिया क्योंकि रात के हाँ उ चलो आप थोड़े डंड ला लें डंड ला चंद कहना चंद ਚਾਹ ਕੀ ਦੱਬ ਗਿਆ ਕਹਿੰਦਾ ਮੈਨੂੰ ਕੋਈ ਆਵਾਜ਼ ਸੁਣ ਅਸੀਂ ਕਿਹਾ ਸੰਤ ਨਹੀਂ ਕੋਈ ਸੁਣਿਆ ਹੈ ਨਾ ਕਹਿੰਦਾ ਜਦ ਕਿਸੇ ਬੋਲੀ ਨੇ ਚੀਕ ਮਾਰੀ ਅਤੇ ਰਾਹੁਲ ਕਹਿੰਦਾ ਸਾਨੂੰ ਤਾਂ ਨਹੀਂ ਸੁਣੀ ਹੈ ਨਾ ਥੋੜ੍ਹੇ ਚਿਰ ਬਾਅਦ ਰਾਹੁਲ ਨੂੰ ਵੀ ਸੁਣੀ ਅਤੇ ਮੈਨੂੰ ਵੀ ਸੁਣੀ ਇਕੱਠੇ ਸ਼ੇਰੂ ਨੂੰ ਵੀ ਹੋ ਗਿਆ ਰਾਹੁਲ ਨੂੰ ਮੈਂ ਕਹਿੰਦਾ ਮੈਨੂੰ ਵੀ ਸੁਣੀ ਸੀ ਜਦੋਂ ਥੋੜ੍ਹੇ ਚਿਰ ਅੱਗੇ ਹੈ ਨਾ ਜੋ ਅਸੀਂ ਮਤਲਬ ਨਿਸ਼ਾਨਾ ਚਾਰ ਦੇ ਕਰੀਬ ਹੀ ਸੀ ਜਾਣਾ ਚਾਰ ਵੱਜਣ ਹੀ ਵਾਲੇ ਸੀ ਅਤੇ ਉਦੋਂ ਨਾ ਚਾਨੂੰ ਦਰਾਂ ਤੋਂ ਪਿੱਛੇ ਨਾ ਵੀ ਵਾਲੀ ਚੀਜ਼ ਦਿੱਤੀ ਇੱਦਾਂ ਲੱਗ ਰਹੀ ਪਤਾ ਨਹੀਂ ਵਹਿਮ ਸੀ ਪਤਾ ਨਹੀਂ ਕੀ ਉਹਨੇ ਕਿਹਾ ਪਾ ਭੱਜੋ ਉਹ ਕੀ ਹੈ ਨਾ ਵੀ ਦਿਆ ਮੈਂ ਆਪਣੀ ਲੱਤ ਦੀ ਪਰਵਾਹ ਕੀਤੇ ਬਿਨਾਂ ਭੱਜਿਆ ਉਹ ਹਲੇ ਵੀ ਚੇਤਾ ਆ ਗਈ ਹੈ ਨਾ ਦਿਲ 'ਚ ਸਹਿਮ ਸੀਗਾ ਮੇਰੇ ਕਿ ਹੈ ਨਾ ਕੋਈ ਸੱਚੀ ਇਸ ਚੀਜ਼ ਪਿੱਛੇ ਆ ਸਾਨੂੰ ਇੱਦਾਂ ਫੀਲ ਹੁੰਦਾ ਹੈਗਾ ਕਿ ਅਸੀਂ ਡਰ ਗਏ ਅਤੇ ਅਸੀਂ ਉੱਥੇ ਰੋਕ ਕੇ ਬਾਈਕ ਦੇਖਾਂਗਾ ਕਿ ਬਾਈਕ ਪੂਰੀ ਆਉਂਦੀ ਪਤਾ ਨਹੀਂ ਲੱਗਦਾ ਬਹੁਤ ਹੀ ਚੱਕਦਾ ਹੈਗਾ ਕੋਈ ਹੈਗਾ ਨਾਲ ਅਤੇ ਹੁਣ ਅਸੀਂ ਪੂਰਾ ਡਰ ਗਏ ਅਤੇ ਅਸੀਂ ਤੇਜ਼ ਬਾਈਕ ਲਿਆਈ ਅਤੇ ਆ ਗਏ ਅਤੇ ਹੁਣ ਉੱਥੇ ਹਜੇ ਵੀ ਰਾਤ ਨੂੰ ਜਿਹੜੇ ਵੀ ਜਾਂਦੇ ਧਿਆਨ ਨਾਲ ਲੰਘਿਆ ਕਰੋ ਉੱਥੇ ਹੈਗਾ ਕੋਈ ਤਾਂ ਚੀਜ਼ ਹੈਗੀ ਆ ਉੱਥੇ ਕਿਹੜੀ ਦਾਖਲਾ ਉੱਥੇ ਸਰਕਾਰੀ ਸਕੂਲ ਜਿਹੜਾ ਸਰਕਾਰੀ ਸਕੂਲ ਦੇ ਅੱਗੇ ਆ ਕੇ ਦੇਖਿਆ ਮੈਂ ਵੈਸੇ ਉੱਥੇ ਨਾ ਚਾਹੁੰਦਾ ਮੈਂ ਹੁਣ ਧਿਆਨ ਨਾਲ ਲੰਘਿਆ ਕਰੂੰਗਾ ਤੂੰ ਟਾਈਮ ਨਾਲ ਮੁੜਿਆ ਕਰੂੰਗਾ ਤੂੰ ਵੀ ਟਾਈਮ ਨਾਲ ਇਹਦੇ ਉਦੋਂ ਜ਼ਿਆਦਾ ਰਾਤ ਸੀਗੀ ਹੈ ਨਾ ਤਾਂ ਅੱਗੇ ਤਾਂ ਕਿੰਨੇ ਕੁ ਦੇ 10:30 ਹੋਏ ਸੀਗੇ 10:30 ਗਿਆ ਤੇ ਵੀ ਜਦ ਲੇਟ ਵੀ ਆਈਦਾ ਉਹ ਨਾ ਧਿਆਨ ਨਾਲ ਆਉਣਾ ਚਾਹੀਦਾ ਉੱਥੇ ਕੋਈ ਨਾ ਜੋ ਵੀ ਟਾਈਮ ਲੰਘਿਆ ਪਰ ਮੈਂ ਦਿਲ 'ਚ ਗੱਲ ਰਹਿਣੀ ਆ ਵੀ ਕੋਈ ਚੀਜ਼ ਹੈਗੀ ਹੈ ਰਾਤ ਤੇ ਆਉਣ ਨੂੰ ਪਹਿਲਾਂ ਤਾਂ ਲੱਗਦਾ ਨਹੀਂ ਸੀਗਾ ਹੁਣ ਤਾਂ ਡਰ ਲੱਗਿਆ ਕਰੂਗਾ ਡਰ ਕਿਸ ਕੋ ਨਹੀਂ ਲੱਗਦਾ ਸਾਰਿਆਂ